ਦੇਖੋ ਜੀ, ਸਾਡੀ ਕੋਸ਼ਿਸ਼ ਹੁੰਦੀ, ਖਾਸ ਕਰਕੇ ਮੇਰੇ ਜਿਹੜੇ ਕਰੈਕਟਰਸ ਹੁੰਦੇ, ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਹਾਂ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ, ਸਟ੍ਰੈਸ ਨਾਲ ਫਰੀ ਹੋਏ ਸਾਡੇ ਦਰਸ਼ਕ, ਜਿਹੜੇ ਸਿਨੇਮਾ ਹਾਲ 'ਚ ਆਉਣ ਅਤੇ ਹੱਸਣ, 2 ਘੰਟੇ ਉਸ ਸਟ੍ਰੈਸ ਤੋਂ ਫਰੀ ਹੋਣ ਅਤੇ ਖੁਸ਼ ਹੋ ਕੇ ਘਰ ਜਾਣ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਹੈ ਕਿ ਇਹ ਫਿਲਮ ਜਿਹੜੀ ਕਰੈਕਟਰਸ ਦੀ ਫਿਲਮ ਆ, ਪਹਿਲੀ ਵਾਰੀ ਇੰਝ ਹੋਇਆ ਕਿ ਕਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ। ਜਿਹੜੇ ਫਿਲਮ ਦੇ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ, ਟਿਕਟ ਖਿੜਕੀ ਦੇ ਉੱਪਰ। ਸਾਡੇ ਪ੍ਰੋਡਿਊਸਰਸ ਨੂੰ ਵੀ, ਅਸੀਂ ਸਾਰੇ ਐਕਟਰ ਵੀ, ਕਿਉਂਕਿ ਇਹ ਜੋੜੀ ਜਿਹੜੀ ਆ ਹੀਰੋ ਹੀਰੋਇਨ ਦੀ ਬਿਲਕੁਲ ਨਵੇਂ ਸੀਗੇ, ਫਰੈਸ਼ ਸੀਗੇ। ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੁਣਾਂ ਦਾ ਕਾਫੀ ਅੱਛਾ ਨਾਮ ਸੀ, ਮਾਡਲਿੰਗ ਤਨਵੀ ਹੁਣਾਂ ਨੇ ਵੀ ਕੀਤੀ ਸੀ, ਪਰ ਇਹਦੇ ਬਾਵਜੂਦ ਵੀ ਇੱਕੋ ਹੁੰਦਾ ਨਾ ਕਿ ਬਹੁਤ ਵੱਡੇ ਔਹਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ, ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ, ਤੁਸੀਂ ਸਾਰਿਆਂ ਨੇ ਇੰਨਾ ਪਿਆਰ ਵਿਖਾਇਆ, ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤਾਂ ਅਸੀਂ ਸਹਿ ਸਭਾਈ ਫਿਲਮ ਬਣਾ ਲਈ ਅੰਜ ਭੋਲੇ ਭਾਈ, ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਹੈ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ। ਤੇ ਐਤਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ, ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ, ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ 'ਚ ਸ਼ਾਮਿਲ ਕੀਤੇ ਆ, ਤੇ ਸਾਡੀ ਦੋਵਾਂ ਦੀ ਜਿਹੜੀ ਲੜਾਈ ਉਹ ਤਾਂ ਫਿਲਮ ਵੇਖ ਕੇ ਹੀ ਪਤਾ ਲੱਗਣਾ ਸੀ। ਇਸ ਵਾਰ ਵੀ ਉਹ ਸੱਸ ਦਾ ਰੋਲ ਹੈ ਜਿਸ ਤਰ੍ਹਾਂ ਪਹਿਲਾਂ ਸੀ। ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦਿਓ ਇਹਨੂੰ, ਸੱਸ ਬਣਾ ਦਿਓ, ਕਹਿੰਦੇ ਜੀ ਖੈਰ ਜੋ ਥੋੜਾ ਜਿਹਾ ਚਿਹਰਾ ਜੇ, ਕਹਿੰਦੇ ਫਿਰ ਜਰਾ ਮਤਲਬ ਗਲੈਮਰ ਚਾਹੀਦਾ ਜੀ। ਨਵੇਂ ਪ੍ਰੋਜੈਕਟ ਨਹੀਂ ਤਾਂ ਬਿਨਾਂ ਕੋਈ ਪੰਜਾਬੀ ਫਿਲਮਾਂ ਤੋਂ ਹੋ ਰਹੀ ਹੁੰਦੀ। ਬਹੁਤ ਸ਼ੁਕਰੀਆ ਤੁਹਾਡਾ, ਮੈਂ ਇੰਜ ਨਹੀਂ ਮਹਿਸੂਸ ਕਰਦੀ, ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ, ਬਟ ਇਹ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਹਾਂ ਤੇ ਅੱਜ ਇਹ ਰਿਲੀਜ਼ ਹੋ ਗਈ ਹੈ, ਇੱਕ ਫੈਮਿਲੀ ਡਰਾਮਾ, ਜ਼ਬਰਦਸਤ ਹੈ। ਛੁੱਟੀਆਂ ਹੋ ਗਈਆਂ, ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦਿਨ ਆ ਉਹ ਟਿਕਟਾਂ ਗਿਫਟ ਕਰੋ, ਹੈ ਨਾ, ਆਪਣੇ ਸਾਥੀਆਂ ਨੂੰ, ਦੋਸਤਾਂ ਨੂੰ। ਬਥੇਰਾ ਆਪਾਂ ਪਾਰਟੀਆਂ ਸ਼ਾਟੀਆਂ ਹੋਰ ਰੂਪਾਂ 'ਚ ਕਰ ਲਈਆਂ, ਅੱਜ ਇਸ ਰੂਪ 'ਚ ਵੀ ਕਰੀਏ। ਉਂਝ ਸਾਰੇ ਜਣੇ ਬੜਾ ਕਹਿੰਦੇ ਰਹਿੰਦੇ, ਮੈਮ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਜੀ, ਤੁਸੀਂ ਸਾਡੇ ਬੜੇ ਫੇਵਰਟ ਹੋ। ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ, ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ 'ਚ ਮਿਲਦੇ ਹਾਂ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਅਸੀਂ ਦੋਵਾਂ ਜਣੀਆਂ ਨੇ ਬੜਾ ਹੀ ਵਧੀਆ ਕੰਮ ਕੀਤਾ, ਇਹ ਵਿਚਾਰਾ ਤੇ ਵਿੱਚ ਲੋਟਣੀ ਹੀ ਖਾਂਦਾ ਰਿਹਾ। ਥੈਂਕ ਯੂ, ਗੋਡ ਬਲੈਸ ਯੂ, ਥੈਂਕ ਯੂ। ਬਹੁਤ ਜ਼ਿਆਦਾ ਭਾਗਾਂ ਵਾਲਾ ਦਿਨ ਚੜ੍ਹਿਆ, ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਤੇ ਅਸੀਂ ਬਾਬਾ ਜੀ ਤੋਂ ਬਲੈਸਿੰਗਸ ਲੈਣ ਆਏ ਹਾਂ, ਪਵਿੱਤਰ ਧਰਤੀ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ, ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅੱਗੇ ਕਿ ਸਾਡੀ ਫਿਲਮ ਸੁਪਰ ਡੁਪਰ ਹਿੱਟ ਜਾਏ, ਕਿਉਂਕਿ ਅਸੀਂ ਇੱਕ ਬਹੁਤ ਫੈਮਿਲੀ ਪਰਿਵਾਰਕ ਫਿਲਮ ਬਣਾਈ ਹੈ ਜਿਹਦੇ 'ਚ ਐਂਟਰਟੇਨਮੈਂਟ ਵੀ ਹੈ, ਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਰੱਬ ਭਾਗ ਲਾਵੇ ਸਾਡੀ ਫਿਲਮ ਜੀ। ਮੇਰਾ ਨੂੰਹ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 'ਚ ਸੀਗਾ, ਬਟ ਇਸ ਵਾਰ ਮੈਂ ਥੋੜ੍ਹੀ ਜਿਹੀ ਕੌਨਫੀਡੈਂਟ ਅਤੇ ਤਿੱਖੀ ਨੂੰਹ ਬਣ ਕੇ ਆਈ ਹਾਂ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇ ਰਹੀ ਹੈ। ਇਸ ਵਾਰ ਪਾਰਟ 2 ਲੈ ਕੇ ਫਿਰ ਪਾਰਟ 3 ਵੀ ਆਊਗੀ ਜੀ? ਬਿਲਕੁਲ ਬਿਲਕੁਲ, ਵਾਹਿਗੁਰੂ ਜੀ ਮਿਹਰ ਕਰਨ, ਪਾਰਟ 2 ਸੁਪਰ ਡੁਪਰ ਹਿੱਟ ਜਾਏ, ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਜੀ। ਇਹੀ ਅਰਦਾਸ ਕਰਦੀ ਹਾਂ, ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਫੈਮਿਲੀ ਫਿਲਮ ਹੈ, ਐਂਟਰਟੇਨਮੈਂਟ ਹੈ, ਪੋਲੀਟੀਕਲ ਡਰਾਮਾ ਵੀ ਐਡ ਕੀਤਾ ਇਸ ਵਾਰ, ਤੁਹਾਨੂੰ ਉਹਦੇ ਨਾਲ ਨਾਲ ਇੱਕ ਬਹੁਤ ਹੀ ਅਮੇਜ਼ਿੰਗ ਹੋਰਰ ਡਰਾਮਾ ਵੀ ਦੇਖਣ ਨੂੰ ਮਿਲੇਗਾ, ਤੇ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ, ਫਰੈਂਡਸ ਨਾਲ, ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ, ਨੀ ਮੈਂ ਸੱਸ ਪੁੱਤਨੀ 2 ਜੀ। ਚੰਡੀਗੜ੍ਹ ਏਅਰਪੋਰਟ ਤੇ ਰਿਪੋਰਟ ਨਾਲ ਹੋਇਆ, ਕਿਵੇਂ ਦੇਖੀ? ਜੀ ਮੈਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਪਤਾ ਨਹੀਂ, ਇੱਦਾਂ ਵੈਸੇ ਆਰਟਿਸਟਸ ਨਾਲ ਨਹੀਂ ਹੋਣਾ ਚਾਹੀਦਾ, ਬਿਕਾਜ਼ ਅਸੀਂ ਫਿਲਮ ਪ੍ਰੋਮੋਸ਼ਨ ਵਿੱਚ ਕਾਫੀ ਜ਼ਿਆਦਾ ਬਿਜ਼ੀ ਹਾਂ ਤੇ ਮੈਂ ਨਹੀਂ ਕਰ ਪਾਈ, ਆਈ ਡੋਨਟ ਨੋ ਅਬਾਊਟ। ਦਰਬਾਰ ਸਾਹਿਬ ਆਏ ਹਾਂ, ਸਾਡੀ ਫਿਲਮ ਨੀ ਮੈਂ ਸੱਸ ਕੁੱਟਣੀ 2 ਆ ਰਹੀ ਹੈ ਤੇ ਅਸੀਂ ਅੱਜ ਮੱਥਾ ਟੇਕਣ ਆਏ ਹਾਂ ਤੇ ਅਰਦਾਸ ਕਰਦੇ ਹਾਂ, ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ। ਪਹਿਲੀ ਫਿਲਮ ਤੇ ਹੁਣ ਫਿਲਮ ਦਾ ਕਿੰਨਾ ਡਿਫਰੈਂਟ ਲੱਗ ਰਿਹਾ ਜੀ? ਉਹੀ ਸਾਡੀ ਸਟੋਰੀ ਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ
ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ, ਸਾਰੇ ਕਰੈਕਟਰਸ ਨੇ, ਕੁਛ ਐਡ ਆਨ ਹੋਏ ਨੇ। ਸੋ 7 ਜੂਨ ਅੱਜ ਦਿਨ ਚੜ੍ਹਿਆ ਕਰਮ ਵਾਲਾ ਤੇ ਸਾਡੀ ਮੂਵੀ ਰਿਲੀਜ਼ ਹੋਈ। ਫਿਲਮ ਦੀ ਸ਼ੂਟਿੰਗ ਮੋਹਾਲੀ ਦੇ ਨੇੜੇ ਰੋਪੜ ਜੀ, ਤੇ ਬਾਕੀ ਕੁਛ ਕੁਛ ਨੇੜੇ ਤੇੜੇ ਪਿੰਡਾਂ ਦੇ ਵਿੱਚ ਹੋਈ ਹੈ। ਸੈੱਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰਾ ਹੀ ਇੱਕ ਪਰਿਵਾਰ ਹਾਂ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਹੇ, ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵਾਰ ਵਰਗਾ ਮਹਿਸੂਸ ਕਰੀਏ। ਹਾਂ ਜੀ ਬਿਲਕੁਲ, ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ। ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਓਗੇ।